ਅਮਨਦੀਪ ਸਿੰਘ, ਹਰਜਿੰਦਰ ਸਿੰਘ, ਵਿਜਿੰਦਰ ਜੋ ਇੱਥੇ ਸ਼ਹੀਦਾਂ ਦੇ ਸਥਾਨ 'ਤੇ ਰਹਿ ਰਹੇ ਆ, ਤੁਹਾਡੇ ਪ੍ਰਵਾਸੀ ਬਾਦਸ਼ਾਹ ਆਪਣੇ ਜਿਹੜੇ ਤਿੰਨ ਵੀਰ ਇੱਥੇ ਰਹਿੰਦੇ ਆ, ਉਹਨਾਂ ਦਾ ਵੀ ਸਨਮਾਨ ਕੀਤਾ। ਮਨਪ੍ਰੀਤ ਸਿੰਘ ਸੂਰਾਂ ਪਰ, ਉਹ ਜਿੰਨੇ ਵੀ ਬੂਟੇ ਉਹ ਆਪਣੀ ਗੱਡੀ ਵਿੱਚ ਲੈ ਕੇ ਆਇਆ, ਉਹਨੂੰ ਕੋਈ ਵੀ ਸਾਡੇ ਕੋਲੋਂ ਪੈਸਾ ਨਹੀਂ ਲਿਆ। ਅਸੀਂ ਉਸ ਵੀਰ ਦਾ ਵੀ ਸਨਮਾਨ ਕਰਦੇ ਹਾਂ, ਉਹ ਆਪਣਾ ਸਨਮਾਨ ਜਨ ਪ੍ਰਾਪਤ ਕਰੇ। ਮਨਪ੍ਰੀਤ ਸਿੰਘ ਸੂਰਾਂ ਪਰ, ਇਕਬਾਲ ਸਿੰਘ ਪਾਲਾ, ਉਹ ਜਿੰਨਾ ਵੀ ਫੁਆਰਿਆਂ ਦੀ ਸੇਵਾ ਕੀਤੀ, ਉਹਨੂੰ ਕੋਈ ਪੈਸਾ ਨਹੀਂ ਲਿਆ। ਉਹ ਸਾਰੇ ਫੁਆਰੇ ਉਹਨੂੰ ਪੈ ਸਾਰੇ ਉਹਨੂੰ ਆਪਣੇ ਸੇਵਾ ਦੇ ਵਿੱਚ ਦੱਬੇ ਆ। ਗੁਰਜੀਤ ਸਿੰਘ ਜੀਤਾ, ਇਹਨਾਂ ਨੂੰ ਵੀ ਸਾਡੇ ਵੀਰ ਸਨਮਾਨਿਤ ਕਰ ਰਹੇ ਆ। ਮਾਸਟਰ ਗੁਰਚੰਦ ਸਿੰਘ ਜੀ, ਦਲਜੀਤ ਕੌਰ, ਉਹਨਾਂ ਨੂੰ ਅਸੀਂ ਸਨਮਾਨ ਕਰ ਦਿੱਤਾ। ਕੁਲਵਿੰਦਰ ਸਿੰਘ ਬਿੰਦਲਾ, ਹਾਂਜੀ, ਮੁਖਤਿਆਰ ਸਿੰਘ, ਸਾਨੂੰ ਵੀ ਅਸੀਂ ਇਹਦੇ ਲਾਇਕ ਤਾਂ ਨਹੀਂ ਹੈਗੇ। ਲਓ ਜੀ, ਅਸੀਂ ਉਹ ਆਪ ਹੀ ਆਪਸ ਬਣ ਕੇ ਇੱਕ ਦੂਜੇ ਦਾ ਸਨਮਾਨ ਕਰੀਆ ਹੈ। ਮੁਖਤਿਆਰ ਸਿੰਘ ਜੀ, ਹਰਦੀਪ ਸਿੰਘ ਜੀ, ਇਹ ਸਾਡੇ ਬਹੁਤ ਹੀ ਸਤਿਕਾਰਯੋਗ। ਮੈਂ ਬੇਨਤੀ ਕਰਾਂਗਾ, ਆ ਜਾਓ ਗਿਆਨੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ ਪਸਿਆਲਾ, ਜਿਹੜੇ ਵਿਸ਼ੇਸ਼ ਤੌਰ 'ਤੇ ਇਹਨਾਂ ਸਮਾਗਮਾਂ ਨੂੰ ਨੇਪਰੇ ਚਾੜਨ ਵਾਸਤੇ, ਸ਼ਾਮਿਲ ਹੋਣ ਵਾਸਤੇ, ਖੁਸ਼ੀ ਵਾਸਤੇ ਜਿਹੜੇ ਆਏ ਹਨ। ਠੀਕ ਹੈ, ਜ਼ਰੂਰ ਤੁਹਾਡਾ ਭਾਵਨਾਵਾਂ ਦਾ ਕਦਰ ਕਰਦੇ ਹਾਂ, ਜ਼ਰੂਰ ਸਮਾਂ ਆਪ ਜੀ ਅਤੇ ਸਮੁੱਚੇ ਇਲਾਕੇ ਨਗਰ ਵੱਲੋਂ ਇਸ ਸਮਾਗਮ ਨੂੰ ਅਤੇ ਜਿਹੜੇ ਅਸੀਂ ਕਹਾਂਗੇ ਮੁੱਖ, ਜਿਹਨਾਂ ਦੀ ਪ੍ਰੇਰਨਾ ਦੇ ਨਾਲ, ਜਿਹਨਾਂ ਦੇ ਉਦਮ ਸਦਕਾ, ਵਿਸ਼ੇਸ਼ ਤੌਰ 'ਤੇ ਅਮੈਰੀਕਾ ਤੋਂ, ਉਹ ਇਹ ਸਤਕਾਰ ਧੰਨ ਧੰਨ ਬਾਬਾ ਸ਼ਹੀਦ ਗੁਰੂ ਸਿੰਘ ਜੀ ਦੇ ਯਾਦ ਵਿੱਚ ਗੁਰਦੁਆਰਾ ਸਾਹਿਬ ਇਹ ਆਪ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਅਮੈਰੀਕਾ ਤੋਂ। ਮੇਰੀ ਮੁਰਾਦ ਹੈ ਇਸ ਵਾਰ ਮੱਖਣ ਸਿੰਘ ਜੀ ਪਸਿਆਲਾ ਤੋਂ, ਜਿਹੜੇ ਨਿਊ ਜਰਸੀ ਰਹਿੰਦੇ ਨੇ। ਅਤੇ ਅੱਛਾ ਜੀ, ਇੱਕ ਇਨਾਮ ਹੈ ਸਮਾਨ ਸਮਿਤ ਸਿੰਘ ਦਾ, ਬੋਲੇ ਸੋਝਾ ਸਤਿ ਸ੍ਰੀ ਅਕਾਲ। ਮੈਂ ਬੇਨਤੀ ਕਰਨਾ ਕਹੂੰਗੀ ਜੀ, ਤੁਸੀਂ ਸਨਮਾਨ ਕਰੋ ਨਗਰ ਵੱਲੋਂ, ਆ ਜਾਓ। ਹਾਂ ਜੀ, ਸਵਾਨ ਸਿੰਘ ਜੀ ਬੱਸ ਵਾਲੇ ਅਤੇ ਨਗਰ ਵੱਲੋਂ ਆਪਾਂ ਇਹ ਵਿਸ਼ੇਸ਼ ਸਨਮਾਨ ਬਹੁਤ ਹੀ ਸਤਿਕਾਰ ਦੇ ਨਾਲ
ਅੱਜ ਸਤਾਇਓ ਸਰਦਾਰ ਮੱਖਣ ਸਿੰਘ ਜੀ ਜਿਹੜੇ ਕਿ ਨਿਊਜਰਸੀ ਵਿੱਚ ਰਹਿੰਦੇ ਨੇ, ਦਾਸ ਨੇ ਵੀ ਉੱਥੇ ਜਾ ਕੇ ਇਹਨਾਂ ਨਾਲ ਮੁਲਾਕਾਤ ਕੀਤੀ, ਇਹਨਾਂ ਦੀ ਭਾਵਨਾ ਆਪਣੇ ਆਓ ਕਾਸ਼ ਜੀ ਤੁਸੀਂ ਆ ਜਾਓ ਨਗਰ ਵੱਲੋਂ ਆ ਜਾਓ, ਕਿ ਆਪਾਂ ਨਗਰ ਵੱਲੋਂ ਸਨਮਾਨ ਕਰਨਾ ਤਿਆਰ ਸਿੰਘ ਜੀ ਕਿੱਥੇ ਹੋ ਆਓ, ਗੁਰਜੀਤ ਸਿੰਘ ਆਓ ਤੁਸੀਂ ਸਨਮਾਨ ਕਰਨਾ, ਮਾਸਟਰ ਜੀ ਮਾਸਟਰ ਧਰਮਪਾਲ ਸਿੰਘ ਜੀ ਆਓ ਵੀ ਜੀ ਆਓ ਆਓ ਜੋ ਸਰੋਪਾਓ ਗਿਆਨੀ ਜੀ ਦੇਣਗੇ ਬੜੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿਗੁਰ ਪਾਤਸ਼ਾਹ ਜੀ ਨੇ ਸਿੱਖ ਕੇ ਮੇਹਰ ਪ੍ਰਿਆਪਤ ਰੱਖਣ, ਇਸ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ, ਚੜ੍ਹਦੀਆਂ ਕਲਾਂ ਰਹਿਣ। ਮੈਂ ਮੇਰਾ ਖਿਆਲ ਹੈ ਕਿ ਸਾਰਾ ਜੋ ਕੋਈ ਰਹਿ ਵੀ ਗਿਆ ਹੋਵੇ ਤੇ ਅਸੀਂ ਜ਼ਰੂਰ ਬਾਅਦ ਵਿੱਚ ਖਿਮਾ ਦੇ ਨਾਲ ਉਹਨਾਂ ਨੂੰ ਅਸੀਂ ਜਿਹੜਾ ਸਮਾਗਤ ਕਰ ਦਿਆਂਗੇ, ਜਾਂ ਪ੍ਰਬੰਧਕ ਮੀਟਿੰਗ ਭੁੱਲ ਹੋ ਗਈ ਹੋਵੇ। ਮੈਂ ਸਮੁੱਚੇ ਤੌਰ 'ਤੇ ਸਾਰਿਆਂ ਵੱਲੋਂ ਆਪ ਸੰਗਤਾਂ ਤੋਂ ਖਿਮਾ ਮੰਗਦਾ, ਬੇਨਤੀ ਕਰਦਾ ਭਾਈ ਸਾਹਿਬ ਉਹਨਾਂ ਨੂੰ ਅਨੰਦ ਸਾਹਿਬ ਜੀ ਦੇ ਪਾਠ ਪ੍ਰੰਤ ਅਰਦਾਸ 'ਤੇ ਆਪਾਂ ਬਿਲੰਗ ਛਕਣਾ, ਕੜਾ ਪ੍ਰਸ਼ਾਦੀ ਦੇ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾ ਨਜਨੀ ਬਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਣਾ। ਅੰਗੀਕਾਰ ਉਪਰੇ ਤੇਰਾ ਕਾਰ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਬਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਗਿਆ ਨਹੀਂ ਕਰ ਤੇਰਾ ਕਰਦਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਇਹ ਵਡਿਆਈਆਂ। ਗਏ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ। ਵਾਜੈ ਪੰਜ ਸ਼ਬਦ ਜਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੈ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨਦ ਸੁਣੋ ਬਡ ਭਾਗੀ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰਾ ਗੁਰ ਤੇ ਜਾਣੀ। ਸੁਣ ਤੇ ਬਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਬਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੀ,
ਤੀਨੇ ਪਾਪ ਨਿਵਾਰਨ ਹਾਰਾ ਦੁਖੰਤਾ ਸਖਰਾਸ ਨਾ ਪਵੇ ਗੰਨਾ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਦਾਸ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਵੇ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਰੰਗਤ ਗੁਰ ਤੇ ਅਮਰਦਾਸ ਨਾਮ ਦੱਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਖੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਭਿਅੰਤਰ ਖਾਲਸਾ ਸਾਹਿਬ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਹਿਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਨ ਕੇ ਛਕਿਆ ਧਰਮ ਹੇ ਸੀਸ ਦਿੱਤੇ ਦਿਲ ਚਲਾਏ ਤੇ ਬਵਾਹੀ ਦੇਖ ਕੇ ਅੰਡਿਠ ਕੀਤਾ ਚਰਖੜੀਆਂ ਤੇ ਚਲਿਆ ਲੋਚੀ ਲਾਈ ਗਏ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਸਿਦਕ ਨਹੀਂ ਹਾਰਿਆ ਇਹਨਾਂ ਪਿਆਰਿਆਂ ਸਚਿਆਰਿਆਂ ਸ਼ਹੀਦ ਸਿੰਘਾਂ ਸਿੰਘਾਂ ਵਿੱਚ ਗਿਰ ਕਮਾਈ ਦਾ ਧਿਆਨ ਕਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਹੋਏ ਜੁਗੋ ਜਗਾ ਕਰਨ ਧਰਮ ਕਾ ਜੈ ਕੌਰ ਸਿੱਖੀ ਸਿੰਘ ਕਿਸਾਨ ਸਵਾ ਸੰਸਨ ਨਿਭਾਣ ਕਾਮ ਕਰੋ ਕਰੋ ਅਹੰਕਾਰ ਕਿਉਂ ਜਾਵਣਾ ਅਠੇ ਪਹਿਰਵਣਾ ਨੰਦ ਪਾਵਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ਼ਹੀਦ ਬਾਬਾ ਉਸ ਸਿੰਘ ਜੀ ਆਪ ਜੀ ਨੇ ਹਜ਼ੂਰ ਅਰਦਾਸ ਬੇਨਤੀ ਅਰਜੋਈ ਹੈ ਮਹਾਰਾਜ ਜੀ ਆਗਾ ਘਰ ਦੇ ਸ਼ਰਧਾਲੂ ਸਿੰਘ ਪ੍ਰੀਤਵਾਨ ਸਰਦਾਰ ਮੱਖਣ ਸਿੰਘ ਜੀ ਅਮਰੀਕਾ ਨਿਵਾਸੀ ਲੁਸਿਆਣਾ ਨਿਵਾਸੀ ਦਿਨਾਂ ਨੇ ਆਪ ਜੀ ਮਿੱਠੀ ਯਾਦ ਦੇ ਵਿੱਚ ਮਹਾਰਾਜ ਜੀ ਬਾਬਾ ਮੋਹਨ ਸਿੰਘ ਜੀ ਆਪ ਨੂੰ ਮਿੱਠੀ ਯਾਦ ਦਿੱਤੇ ਆਪ ਜੀ ਦੇ ਭਤੀਜੇ ਬਾਬਾ ਦਸੌਂਦਾ ਸਿੰਘ ਜੀ ਜੋ ਦੇ ਮੌਕੇ ਵਿੱਚ ਸ਼ਹੀਦ ਹੋਏ ਜਿਹਨਾਂ ਨੇ ਮਿੱਠੀ ਯਾਦ ਦੇ ਵਿੱਚ ਮਹਾਰਾਜ ਜੀ ਆਪ ਦੋ ਟਾਸਰਾ ਲੈਂਦੇ ਹੋਏ ਸਮੂਹ ਸਹਾਦੇ ਨਾਲ ਮਹਾਰਾਜ ਜੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪਰਸੋਂ ਤੁਰਕੀ ਬਾਣੀ ਆਈ ਸਗਨੀ ਚਿੰਤਨ ਕਰੀ ਦੇ ਪਵਿੱਤਰ ਪਵਿੱਤਰ ਸ੍ਰੀ ਪਵਿੱਤਰ ਖੰਡਾ ਸਾਹਿਬ ਆਪ ਦੇ ਪਵਿੱਤਰ ਗੁਰਸਥਾਨ ਤੇ ਬ੍ਰਹਮ ਪ੍ਰਾਇਸ਼ਨ ਸਤਿਗੁਰ ਜੀ ਆਪ ਜੀ ਦੇ ਅਪਾਰ ਕਿਰਪਾ ਦੁਆਰਾ ਆਦਿ ਤੋਂ ਮਰਦ ਮਰਦਾਂ ਤੋਂ ਨਿਰਨ ਸਮਾਪਤ ਭੋਗ ਪਾਏ ਨੇ ਮਹਾਰਾਜ ਜੀ ਪਾਠ ਕਰਨ ਪਾਠੀ ਸਿੰਘਾਂ ਕੋਲੋਂ ਸੇਵਾ ਕਰਦੇ ਸੇਵਾਦਾਰਾਂ ਕੋਲੋਂ ਬੇਅੰਤ ਗਲਤੀਆਂ ਆਉਣ ਜਾਣ ਵਿੱਚ ਸੰਤ ਕੇ ਮਾਫ ਕਰਨਾ ਜਾਂ ਫਿਰ ਸ਼ਬਦ ਸਪਸ਼ਟ ਬਾਣੀ ਪੜ੍ਹ ਲਏ ਯੋਗ ਸੇਵਾ ਕਰਨ ਦੇ ਬਾਅਦ ਮੋਕਸ਼ ਪਾਉਣੇ ਆਪਣੀ ਜਾਣ
ਮੇਰਾ ਮਾਤ